ਹੈਲੋ ਜੀ ਤੁਹਾਡਾ ਸਾਰਿਆਂ ਦਾ ਪਰਮਜੀਤ ਦੀ ਰਸੋਈ ਵਿੱਚ ਸਵਾਗਤ ਹੈ ਅੱਜ ਮੈਂ ਤੁਹਾਡੇ ਲਈ ਗਜਰੇਲੇ ਦੀ ਰੈਸਪੀ ਲੈ ਕੇ ਆਈ ਹਾਂ ਇਹਦੇ ਲਈ ਅਸੀਂ ਸਭ ਤੋਂ ਪਹਿਲਾਂ ਗਾਜਰਾ ਲੈ ਲਵਾਂਗੇ ਤੇ ਗਾਜਰ ਨੂੰ ਅਸੀਂ ਪੀਲ ਕਰ ਲਵਾਂਗੇ ਇਹਦਾ ਛਿਲਕਾ ਉਤਾਰ ਕੇ ਰੱਖ ਲਵਾਂਗੇ ਗਾਜਰਾਸੀ ਜਿਹੜੀ ਆ ਲਾਲ ਲੈਣੀਆਂ ਨੇ ਰਸ ਵਾਲੀਆਂ ਪੂਰੀਆਂ ਫਿਰ ਅਸੀਂ ਗਾਜਰਾ ਨੂੰ ਕੱਦੂਕਸ ਕਰ ਲਵਾਂਗੇ ਗਾਜਰਾ ਨੂੰ ਕੱਦੂਕਸ ਕਰਨ ਤੋਂ ਬਾਅਦ ਅਸੀਂ ਜਿਹੜੀ ਹੈ ਨਾ ਇਹ ਗਜਰੇਲਾ ਬਣਾ ਕੇ ਦਿਖਾਣਾ ਹੈ ਦੁੱਧ ਦੇ ਵਿੱਚ ਠੀਕ ਆ ਗਜਰੇਲਾ ਬਣਾਉਣਾ ਬਹੁਤ ਸੌਖਾ ਹੈ ਹਰੀਕ ਨੂੰ ਬਣਾਉਣਾ ਆਂਦਾ ਹੋਏਗਾ ਇਹ ਚ ਥੋੜੀ ਮਿੰਟ ਜ਼ਿਆਦਾ ਲੱਗਦੀ ਹੈ ਗਾਜਰਾ ਨੂੰ ਕੱਦੂਕਸ ਕਰ ਲਿਆ ਹੈ ਤੇ ਹੁਣ ਅਸੀਂ ਇਹਨਾਂ ਨੂੰ ਗੈਸ ਦੇ ਉੱਤੇ ਰੱਖ ਦਵਾਂਗੇ ਇਹਨਾਂ ਨੂੰ ਅਸੀਂ ਘਿਓ ਪਾ ਕੇ ਇਹਨਾਂ ਨੂੰ ਪੁੰਨਣਾ ਹੈ ਘਿਓ ਦੇ ਵਿੱਚ ਕੜਾਈ ਦੇ ਵਿੱਚ ਅਸੀਂ ਗਾਜਰਾ ਪਾ ਦਿੱਤੀਆ ਹੈ ਗੈਸ ਨੂੰ ਔਨ ਕਰ ਦਿੱਤਾ ਹੈ ਇਹਦੇ ਵਿੱਚ ਆਪਾਂ 1.5 ਕੜਛੀ ਦੇ ਕਰੀਬ ਘਿਓ ਪਾ ਦ ਵਿਚ ਭੁੰਨ ਲਵਾਂਗੇ ਜਿਹੜਾ ਸਭ ਤੋਂ ਜ਼ਿਆਦਾ ਸੁਆਦ ਗਜਰੇਲਾ ਹੈਗਾ ਉਹ ਇਸੇ ਤਰੀਕੇ ਦੇ ਨਾਲ ਹੀ ਬੰਦਾ ਹੈ ਜਦੋਂ ਅਸੀਂ ਗਾਜਰਾ ਨੂੰ ਘਿਓ ਦੇ ਵਿੱਚ ਭੁੰਦੇ ਹਾਂ ਬਾਕੀ ਜਿਹੜਾ ਸ਼ਾਰਟਕਟ ਤਰੀਕੇ ਹੁੰਦੇ ਆ ਕੁੱਕਰ ਦੇ ਵਿੱਚ ਸੀਟੀਆਂ ਸਾਟੀਆਂ ਲਗਾਣੀ ਆ ਉਹ ਜਿਹੜਾ ਗਜਰੇਲਾ ਉਹ ਇੰਨਾ ਸੁਆਦ ਨਹੀਂ ਬੰਦਾ ਹੈ ਪਰ ਜਿਹੜਾ ਇਹ ਤਰੀਕੇ ਨਾਲ ਅਸੀਂ ਗਜਰੇਲਾ ਬਣਾਵਾਂਗੇ ਇਹ ਸਭ ਤੋਂ ਜ਼ਿਆਦਾ ਸੁਆਦ ਬਣ ਕੇ ਤਿਆਰ ਹੁੰਦਾ ਹੈ ਸੁਆਦ ਦੀ ਗੱਲ ਹੋਣੀ ਚਾਹੀਦੀ ਟਾਈਮ ਬੇਸ਼ੱਕ ਚੀਜ਼ ਨੂੰ ਲੱਗ ਜਾਵੇ ਪਰ ਜਿਹੜੀ ਚੀਜ਼ ਸੁਆਦ ਹੁੰਦੀ ਹੈ ਮਜ਼ਾ ਉਹਦਾ ਹੀ ਖਾਣ ਚਾਹੁੰਦਾ ਹੈ ਜਿਹੜੀ ਆਪਾਂ ਇੱਥੇ ਗਾਜਰਾ ਲਈਆ ਨੇ ਇਹ ਗਾਜਰਾ ਸਾਡੀਆਂ 1 ਕਿਲੋ ਦੇ ਕਰੀਬ ਨੇ ਜੇਕਰ 1 ਕਿਲੋ ਗਾਜਰਾ ਹੋਣ ਤੁਸੀਂ ਉਹਦੇ ਵਿੱਚ 2 ਕਿਲੋ ਦੁੱਧ ਪਾਓ ਜੇ ਅੱਧਾ ਕਿਲੋ ਗਾਜਰਾ ਹੋਣ ਤੁਸੀਂ ਉਹਦੇ ਵਿੱਚ 1 ਕਿਲੋ ਦੁੱਧ ਪਾ ਲਿਓ ਤੇ ਗਾਜਰਾ ਦਾ ਜਿਹੜਾ ਪਾਣੀ ਆ ਕਾਫੀ ਹੱਦ ਤੱਕ ਦੇਖਿਓ ਹੁਣ ਸੁੱਕ ਜਾਣਾ ਹੈ ਤੇ ਜਿਹੜਾ ਦੁੱਧ ਹੈਗਾ ਅਸੀਂ ਸਾਰਾ ਹੀ ਇਹਦੇ ਵਿੱਚ ਪਾ ਦਵਾਂਗੇ ਲਗਾਤਾਰ ਕੜਸ਼ੀ ਆਪਾਂ ਚਲਾਉਂਦੇ ਰੱਖਾਂਗੇ ਤਾਂ ਜੋ ਜਿਹੜੀਆਂ ਗਾਜਰਾ ਹੈਗੀਆਂ ਥੱਲੇ ਨਾ ਲੱਗ ਜਾਣ ਜਿਹੜਾ ਅਸੀਂ ਇਹਦੇ ਵਿੱਚ ਦੁੱਧ ਪਾੜਾ ਹੈ ਕੋਸ਼ਿਸ਼ ਕਰਿਓ ਕਿ ਦੁੱਧ ਕੱਚਾ ਹੋਵੇ ਜੇਕਰ ਤੁਸੀਂ ਉਹਨੂੰ ਉਬਾਲਾ ਦਵਾ ਦਿੱਤਾ ਹੈ ਤੇ ਤੁਸੀਂ ਜਿਹੜੀ ਮਲਾਈ ਹੁੰਦੀ ਹੈ ਮਲਾਈ ਦੇ ਸਮੇਤ ਹੀ ਜਿਹੜਾ ਦੁੱਧ ਹੈਗਾ ਗਾਜਰਾ ਦੇ ਵਿੱਚ ਪਾ ਦਿਓ ਗਾਜਰਾ ਦਾ ਜਿਹੜਾ ਪਾਣੀ ਹੈਗਾ ਸੁੱਕ ਚੁੱਕਾ ਹੈ ਗਾਜਰਾ ਜਿਹੜੀ ਆ ਭੁਜ ਹੋ ਗਈ ਯਾਨੀ ਤੇ ਹੁਣ ਅਸੀਂ ਇਹਦੇ ਵਿੱਚ ਦੁੱਧ ਪਾ ਦਿੰਦੇ ਹਾਂ ਦੁੱਧ ਅਸੀਂ ਇੱਥੇ 2 ਕਿਲੋ ਦੇ ਕਰੀਬ ਲਿਆ ਸੀਗਾ ਤੇ 2 ਕਿਲੋ ਹੀ ਅਸੀਂ ਇਹਦੇ ਵਿੱਚ ਕੱਚਾ ਦੁੱਧ ਪਾ ਦਿੱਤਾ ਹੈ ਤੇ ਹੁਣ ਜਿਹੜੀ ਕੜਛੀ ਆਪਾਂ ਲਗਾਤਾਰ ਚਲਾਉਂਦੇ ਰੱਖਾਂਗੇ ਨਾਲ-ਨਾਲ ਅਸੀਂ ਛੇੜ ਮਾਰੀ ਜਾਵਾਂਗੇ ਕੜਛੀ ਦੇ ਤੇ ਨਾਲ-ਨਾਲ ਅਸੀਂ ਜਿਹੜੇ ਆਪਣੇ ਘਰ ਦੇ ਇਦੋਂ ਜਿਹੜਾ ਸਾਡਾ ਦੁੱਧ ਹੈਗਾ ਇਹ ਰੇਜੇ ਪੈ ਚੁੱਕਾ ਹੈ ਜਦੋਂ ਇਸ ਤਰੀਕੇ ਦੇ ਨਾਲ ਗਜਰੇਲਾ ਬਣ ਕੇ ਤਿਆਰ ਹੁੰਦਾ ਤੇ ਬਹੁਤ ਜਦਾ ਸਵਾਲ ਲੱਗਦਾ ਹੈ ਗਾਜਰਾ ਜਦੋਂ ਇਦਾਂ ਦੁੱਧ ਦੇ ਵਿੱਚ ਰਿਜ ਰਿਜ ਕੇ ਬੰਦਾ ਨਾ ਗਜਰੇਲਾ ਫਿਰ ਬਹੁਤ ਸਵਾਲ ਲੱਗਦਾ ਹੈ ਹੁਣ ਅਸੀਂ ਗੈਸ ਨੂੰ ਮੀਡੀਅਮ ਸੇਕ ਤੇ ਕਰ ਦਵਾਂਗੇ ਤੇ ਇਹਨੂੰ ਆਪਾਂ ਰਿਜਨ ਦਵਾਂਗੇ ਵਿੱਚ ਵਿੱਚ ਅਸੀਂ ਆਣ ਕੇ ਛੇੜ ਮਾਰੀ ਜਾਵਾਂਗੇ ਇਹਨੂੰ ਆਪਾਂ ਥੱਲੇ ਨਹੀਂ ਲੱਗਣ ਦੇਣਾ ਧਿਆਨ ਰੱਖਣਾ ਹੈ ਥੋੜੀ ਥੋੜੀ ਦੇਰ ਬਾਅਦ ਆ ਕੇ ਅਸੀਂ ਛੇੜ ਮਾਰ ਦਾਂਗੇ ਜੇ ਇਹ ਥੱਲੇ ਲੱਗ ਗਿਆ ਜਿਹੜਾ ਦੁੱਧ ਹੈਗਾ ਗੈਸ ਇਹਦੇ ਕੜਾਈ ਦੇ ਨਾਲ ਫਿਰ ਇਹਦੇ ਗਜਰੇਲੇ ਦੇ ਵਿੱਚ ਬਾਦ ਆ ਕੇ ਅਸੀਂ ਕਰਸ਼ੀ ਮਾਰੀ ਜਾਵਾਂਗੇ ਇੱਥੇ ਜਿਹੜਾ ਸਾਡਾ ਦੁੱਧ ਹੈਗਾ ਕਾਫੀ ਹੱਦ ਤੱਕ ਅੱਧਾ ਰਹਿ ਚੁੱਕਾ ਹੈ ਤੇ ਆਪਾਂ ਥੋੜੀ देर ਗਜਰੇਲੇ ਨੂੰ ਹੋਰ ਪਕਾਵਾਂਗੇ ਥੋੜੀ ਹੀ ਦੇਰ ਦੇ ਵਿੱਚ ਦੇਖਿਓ ਜਿਹੜਾ ਇਹ ਵਾਲਾ ਦੁੱਧ ਵੀ ਹੈਗਾ ਇਹ ਵੀ ਸੁੱਕ ਜਾਏਗਾ ਜਦੋਂ ਗਜਰੇਲੇ ਦੇ ਵਿੱਚ ਥੋੜਾ ਜਿਹਾ ਹਲਕਾ ਜਿਹਾ ਦੁੱਧ ਰਹਿ ਜਾਏ ਫਿਰ ਅਸੀਂ ਦੇ ਵਿੱਚ ਖੰਡ ਪਾ ਦਵਾਂਗੇ ਇੱਥੇ ਅਸੀਂ ਇੱਕ ਕੋਲੀ ਤੋਂ ਥੋੜੀ ਜੀ ਬਾਦੇ ਦੇ ਵਿੱਚ ਖੰਡ ਪਾਈ ਹੈ ਜਿਹੜੀ ਇੰਨੀ ਕਿ ਖੰਡ ਹੈ ਇਹ ਗਜਰੇਲੇ ਦੇ ਲਈ ਬਹੁਤ ਜ਼ਿਆਦਾ ਹੈਗੀ ਹੈ ਤੇ ਅਸੀਂ ਹੁਣ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਦੇਵਾਂਗੇ ਇੱਕ ਕੋਲੀ ਅਸੀਂ ਭਰ ਕੇ ਮਤਲਬ ਇਹਦੇ ਵਿੱਚ ਖੰਡ ਦੀ ਪਾ ਦਿੱਤੀ ਹੈ ਜੇਕਰ ਤੁਸੀਂ ਮਿੱਠਾ ਥੋੜਾ ਹੋਰ ਜ਼ਿਆਦਾ ਤੇਜ਼ ਪਸੰਦ ਕਰਦੇ ਹੋ ਥੋੜੀ ਖੰਡ ਹੋਰ ਪਾ ਦਿਵੋ ਤੇ ਅਸੀਂ ਹੋਰ ਜਿਹੜਾ ਇਹਦੇ ਵਿੱਚ ਹੁਣ ਦੇਖੋ ਜਦੋਂ ਆਪਾਂ ਖੰਡ ਪਾਣੀ ਹੈ ਨਾ ਖੰਡ ਪਾਣ ਤੋਂ ਬਾਅਦ ਇੱਕ ਤਾਂ ਜਿਹੜਾ ਗਜਰੇਲਾ ਹੈਗਾ ਇਹਦਾ ਕਲਰ ਚੇਂਜ ਹੋ ਜਾਣਾ ਹੈ ਥੋੜਾ ਡਾਰਕ ਹੋ ਜਾਂਦਾ ਹੈ ਇੱਕ ਜਿਹੜੀ ਖੰਡ ਹੈ ਇਹ ਪਾਣੀ ਛੱਡ ਦਿੰਦੀ ਆ ਆਪਾਂ ਥੋੜੀ देर ਇਹਨੂੰ ਹੋਰ ਪਕਾਵ ਇੱਥੇ ਜਿਹੜਾ ਗਜਰੇਲਾ ਹੈਗਾ ਸਾਡਾ ਪੱਕ ਚੁੱਕਾ ਹੈ ਕਾਫੀ ਹੱਦ ਤੱਕ ਇਹਦਾ ਦੁੱਧ ਜਿਹੜਾ ਸੁੱਕ ਗਿਆ ਹੈ ਹੁਣ ਚੰਗੀ ਤਰ੍ਹਾਂ ਥੋੜਾ ਜਿਹਾ ਹਲਕਾ ਜਿਹਾ ਜੇ ਦੁੱਧ ਹੋਏਗਾ ਤੇ ਕੋਈ ਚੱਕਰ ਨਹੀਂ ਅਸੀਂ ਆਪੇ ਹੀ ਥੋੜਾ ਇਹਨੂੰ ਪਤਲਾ-ਪਤਲਾ ਰਹਿਣ ਦਵਾਵਾਂਗੇ ਕਿਉਂਕਿ ਬਾਅਦ ਵਿੱਚ ਜਿਹੜਾ ਗਜਰੇਲਾ ਹੈਗਾ ਕਾਫੀ ਹਾਰਡ ਹੋ ਜਾਂਦਾ ਹੈ ਠੰਡਾ ਹੋਣ ਤੋਂ ਬਾਅਦ ਇਸ ਕਰਕੇ ਇਹਨੂੰ ਆਪਾਂ ਪਹਿਲਾਂ ਤੋਂ ਹੀ ਥੋੜਾ ਜਿਹਾ ਇਦਾਂ ਦਾ ਰੱਖਾਂਗੇ ਪਤਲਾ ਜਿਹਾ ਥੋੜਾ ਜਿਹਾ ਹਲਕਾ-ਹਲਕਾ ਦੁੱਧ ਰਹਿਣ ਦਵਾਵਾਂਗੇ ਹੁਣ ਅਸੀਂ ਇਹਦੇ ਵਿੱਚ ਥੋੜੀ ਜਿਹੀ ਬਦਾਮ ਤੇ ਕਾਜੂ ਪਾ ਦਿੰਦੇ ਹਾਂ ਜੇਕਰ ਤੁਸੀਂ ਇਹ ਕਰ ਦਵਾਂਗੇ ਤੇ ਹੁਣ ਅਸੀਂ ਗੈਸ ਨੂੰ ਕਰ ਦਵਾਂਗੇ ਬੰਦ ਸਾਡਾ ਜਿਹੜਾ ਗਝਰੇਲਾ ਬਣ ਕੇ ਤਿਆਰ ਹੈ ਲੋ ਜੀ ਇਹ ਜਿਹੜੀ ਰੈਸਪੀ ਹੈਗੀ ਹੈ ਹੈ ਤੇ ਥੋੜਾ ਟਾਈਮ ਲੱਗਦਾ ਹੈ ਕਿਉਂਕਿ ਜਿਹੜੀ ਗਾਜਰਾ ਜਿਹੜਾ ਦੁੱਧ ਦੇ ਵਿੱਚ ਰਿਲਣੀਆਂ ਹੁੰਦੀਆਂ ਖੀਰ ਦੇ ਵਾਂਗ ਤੇ ਟਾਈਮ ਲੱਗਦਾ ਹੈ ਤੇ ਚੀਜ਼ ਫੇਰ ਹੀ ਜਦੋਂ ਟਾਈਮ ਲੱਗਦਾ ਹੈ ਫੇਰ ਹੀ ਸਵਾਦ ਬਣਦੀ ਹੈ ਤੇ ਜੇਕਰ ਤੁਹਾਨੂੰ ਮੇਰੀ ਇਹ ਵਾਲੀ ਵੀਡੀਓ ਪਸੰਦ ਆਈ ਹੋਵੇ ਤਾਂ ਮੇਰੀ ਵੀਡੀਓ ਨੂੰ ਜਰੂਰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਵੀਡੀਓ ਤੇ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਇਹ ਰੈਸਪੀ ਕਿੱਦਾਂ ਦੀ ਲੱਗੀ ਹੈ